दो चौकीदारां दे हाथ पैर बन कंबल विच लपेट कुट मार कीती अते फिर लुट्टे 1,80,000 दे चावल। रात दे समय चौकीदारां नाल बुरी तरह कुट मार कर हमलावर होए फरार। पुलिस ने मुकदमा दर्ज कर लिया, लुटेरियां दी तलाश शुरू कर दिती। फरीदकोट दे पिंड पिपली तों आर्यावाला रोड बने गोदाम दी वारदात। पुलिस वल्लों लख मुस्तैदी दे दावे कीते जांदे ने, पर अपराधिक किस्म दे लोकां विच पुलिस दा खौफ नाम दी चीज़ नहीं। ताज़ा मामला है फरीदकोट दा, जिथे लुटेरियां दे वल्लों रात 12:30 बजे दे करीब चावल दे गोदाम नूं निशाना बनाया गया। फरीदकोट दे पिपली आर्यावाला रोड ते पैंदे एक गोदाम विच 2,00,000 बोरियां चावल रखन दी समर्था है अते लुटेरियां ने इस गोदाम विच्चों करीब 1,80,000 रुपए दे चावल लुट के फरार हो गए। दरअसल रात दर्जन दे करीब नकाबपोश लुटेरे गोदाम विच दाखल होए सन अते उत्थे मौजूद दो चौकीदारां ने उन्हां नूं रोकण दी कोशिश कीती, तां लुटेरियां ने उन्हां दे हाथ पैर बन्न दित्ते अते कमरे विच बंद कर कंबल विच लपेट लिया। फिर उस तों बाद उन्हां दी मार कुटाई शुरू कर दित्ती। मार कुटाई करन पिछों लुटेरे इस वारदात नूं अंजाम दे फरार हो गए। इस दौरान मार कुटाई दा शिकार होए बुजुर्ग चौकीदार टेक सिंह ने दस्या कि ओह गोदाम विच बतौर चौकीदार काम करदा है ते गोदाम विच ड्यूटी ते सी अते उस दे नाल बिक्कर सिंह भी ड्यूटी ते तैनात सी। रात करीब 12:30 बजे दो व्यक्ति गोदाम विच दाखल हुंदे ने अते उन्हां दे नाल हथोपाई होना शुरू हो जांदे ने। बाद विच 5-6 लोग होर आ के उन्हां दे नाल मार कुटाई शुरू कर दिंदे ने ते उन्हां दीआं बाहां पिछे बन के उन्हां नूं कंबल विच लपेट के मार कुटाई करदे ने। मोबाइल फोन खोलिया जांदा है, कमरे विच बंद करके कैंटर विच 120 गट्टे चावल लै फरार हो जांदे ने। असीं लाइट बुझी वेखी जदों ते इधर सामने होई जी लाइट जग पई, आह जगदी सी जी। दो बंदे गए मेरे नहीं, ਉਹ ਇੱਕ ਮੇਰੇ ਮਾਰ ਲੱਗਾ ਜਦੋਂ ਮੈਂ ਅੱਗੋਂ ਮਾੜੀ ਮੋਟੀ ਜੀ ਮੈਂ ਵੀ ਕੀਤੀ। ਮੁੜ ਕੇ ਜੀ 5-7 ਬੰਦੇ ਹੋਰ ਆ ਗਏ, ਉਹਨਾਂ ਨੇ ਮੁੜ ਕੇ ਮੈਨੂੰ ਫੜ ਫੁੜ ਕੇ ਬਾਹਾਂ ਬੂਹਾਂ ਬੰਨ ਲਈਆਂ ਜੀ, ਮੁੜ ਕੇ ਉਹ ਅੰਦਰ ਲੈ ਆਏ ਜੀ। ਹਾਂ ਜੀ, ਉਹਨਾਂ ਨੂੰ ਪਹਿਲਾਂ ਮੇਰੇ ਤੋਂ ਫੜ ਲਿਆ ਜੀ, ਮੈਨੂੰ ਥੋੜ੍ਹਾ ਜਿਹਾ ਮਗਰੋਂ ਫੜਿਆ ਜੀ। ਮੇਰੀਆਂ ਲੱਤਾਂ ਬਾਹਾਂ ਬੰਨ ਗਏ ਜੀ, ਬਾਹਾਂ ਬੰਨ ਲਈਆਂ, ਡਾਂਗਾਂ ਮਾਰੀਆਂ ਕਿੱਧਰਲੇ ਮੋਢੇ ਦੇ ਤੇ ਕਿੱਧਰਲੇ ਦੇ ਜੀ। ਹਾਂ ਜੀ, ਬੰਨਣ ਤੋਂ ਬਾਅਦ ਦੋ ਡੰਗ ਮੈਨੂੰ ਉਹਦੇ ਰੌਲਾ ਕੋਈ ਪਾਉਣਾ, ਮੈਂ ਹਜੇ ਘੁੱਟਦੇ ਤਾਂ ਪਾਊਂਗਾ, ਇਹ ਪੀੜ ਲੱਗਦੀ। ਉਸ ਤੋਂ ਬਾਅਦ ਜੀ ਲਿਆ ਕੇ ਇੱਥੇ ਬੰਨਤਾ। ਕਿਸ ਚੀਜ਼ 'ਤੇ ਆਏ ਸੀ ਪਤਾ ਲੱਗਾ ਕੋਈ? ਉਹ ਜੀ ਟਰੱਕ ਜਿਹਾ ਖੜਕਦਾ ਦਿਖਿਆ ਸਾਨੂੰ, ਤਾਂ ਬੰਨ ਕੇ ਉੱਤੇ ਕੱਪੜੇ ਪਾਤੇ ਜੀ ਸਾਡੇ ਸਿਰ 'ਤੇ ਵੀ ਬਾਹਰ ਨਾ ਦੇਖਣ। ਕਿੰਨੇ ਗੱਟੇ ਲੈ ਗਏ? 120 ਗੱਟੇ ਲੈ ਗਏ ਜੀ। ਤੁਸੀਂ ਕੋਈ ਸ਼ਿਕਾਇਤ ਦਰਜ ਕਰਾਈ ਆ ਉਹਦੇ ਨਾਲ? ਅਸੀਂ ਤਾਂ ਫਿਰ ਜੀ ਸਰਪੰਚ ਨੂੰ ਤਲਾਹ ਦਿੱਤੀ, ਮੈਂਬਰਾਂ ਨੂੰ ਦਿੱਤੀ, ਫਿਰ ਆਏ, ਫਿਰ ਪੁਲਿਸ ਬੁਲਾ ਲਈ। ਇਸ ਮੌਕੇ ਪਾਲ ਸਿੰਘ ਗੋਦਾਮ ਇੰਸਪੈਕਟਰ ਨੇ ਕਿਹਾ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਗੋਦਾਮ ਵਿੱਚ ਚੋਰੀ ਦੀ ਵਾਰਦਾਤ ਹੋਈ ਹੈ। ਉਹਨਾਂ ਕਿਹਾ ਕਿ ਦੋ ਚੌਂਕੀਦਾਰ ਲੁਟੇਰਿਆਂ ਨਾਲ ਕੁੱਟ ਮਾਰ ਕਰ ਉਹਨਾਂ ਨੂੰ ਕਮਰੇ ਵਿੱਚ ਬੰਦ ਕਰਕੇ 120 ਬੋਰੀਆਂ ਜਿਸ ਦੀ ਕੀਮਤ ਕਰੀਬ 1,80,000 ਰੁਪਏ ਆ ਲੁੱਟ ਕੇ ਫਰਾਰ ਹੋ ਗਏ। ਇਸ ਤਰ੍ਹਾਂ ਜੀ, ਸਾਨੂੰ 6:30 ਵਜੇ ਫੋਨ ਗਿਆ ਸੀ, ਇੱਥੇ ਚੋਰੀ ਹੋ ਗਈ, ਕੁਲਵੰਤ ਸਿੰਘ ਇੰਸਪੈਕਟਰ ਆ ਪਨਗਰੇਨ ਦਾ। ਉਹਦੇ ਬਾਅਦ ਅਸੀਂ ਇੱਥੇ ਆਏ ਕਿ ਦੇਖਿਆ ਕਿ ਮੇਨ ਗੇਟ ਦੇ ਦੋਨੋਂ ਤਾਲੇ ਤੋੜ ਕੇ, ਵੇਬਰੀਜ ਕਕਸ਼ ਦੇ ਵੀ ਦੋ ਖਿੜਕੀ ਵਗੈਰਾ ਤੋੜ ਕੇ ਬੈਟਰ ਵਗੈਰਾ ਲੈ ਕੇ ਲੈ ਗਏ। ਸਾਡੇ ਚੌਂਕੀਦਾਰਾਂ ਦੇ ਮਾਰ ਕੁੱਟ ਕਰਕੇ ਦੇਖਿਆ ਸੀ, ਇਹਨਾਂ ਦੀ ਸੱਟਾਂ ਸੁੱਟਾਂ ਲੱਗੀਆਂ ਸੀਗੀਆਂ। ਇਸ ਤੋਂ ਬਾਅਦ ਉਹ ਦੇਖਿਆ ਵੀ ਇਹਨਾਂ ਨੇ ਤਾਂ ਅਪਰੋਕਸੀਮੇਟ ਬੋਰੀਆਂ ਦੱਸੀਆਂ ਸੀ, ਪਰ ਅਸੀਂ ਬਾਅਦ 'ਚ ਕਾਊਂਟਿੰਗ ਕੀਤੀ, 120 ਬੈਗਸ ਚਾਵਲ ਜਿਹੜੇ ਉਹ ਕੈਂਟਰ ਜਾਂ ਟਰੱਕ ਇਹਨਾਂ ਦੇ ਦੱਸਣ ਮੁਤਾਬਕ ਉਹ ਲੈ ਗਏ। ਚੋਰ ਸੀਗੇ 8 ਜਾਂ 10 ਦੀ ਗਿਣਤੀ 'ਚ, ਪਰ ਇਹਨਾਂ ਨੂੰ ਸਾਰੇ ਕਮਰੇ 'ਚ ਇਸ ਕਮਰੇ 'ਚ ਕੱਪੜੇ ਮਤਲਬ ਆਰਮ ਅਤੇ ਲੱਤਾਂ ਦੇ ਬਾਹਾਂ ਬੰਨ੍ਹ ਕੇ ਇੱਥੇ ਹੀ ਬਿਠਾਈ ਰੱਖਿਆ। ਇਹਨੂੰ ਜ਼ਿਆਦਾ ਪਤਾ ਨਹੀਂ ਲੱਗਾ ਕਿ ਉਹ ਕੈਂਟਰ ਸੀ ਜਾਂ ਟਰੱਕ ਸੀ। ਆਈਡੀਆ ਲੱਗਦਾ ਵੀ ਕੈਂਟਰ ਸੀਗਾ, ਕਿਉਂਕਿ ਕੁਛ ਕਲੂਜ਼ ਮਿਲੇ ਨੇ ਕਿ ਕੈਂਟਰ ਸੀਗਾ। ਕਿੰਨੇ ਵਿਅਕਤੀ ਜਿਹੜੇ ਇੱਥੇ ਸੀਗੇ ਰਾਤ ਵੇਲੇ ਡਿਊਟੀ 'ਤੇ? ਡਿਊਟੀ 'ਤੇ ਦੋ। ਅਤੇ ਦੋਨਾਂ ਨਾਲ ਹੀ ਕੁੱਟਮਾਰ ਕੀਤੀ? ਹਾਂ, ਦੋਨਾਂ ਨਾਲ ਕੁੱਟਕਾਰ ਮਾਰ ਕੀਤੀ। ਸਰ ਜੀ, ਉਹ ਤਕਰੀਬਨ 1,80,000। ਕੈਮਰੇ ਤਾਂ ਹੁਣ ਵੀ ਚੱਲ ਰਹੇ, ਲੇਕਿਨ ਉਹ ਡਿਜੀਟਲ ਨਹੀਂ ਕੰਮ ਕਰ ਰਿਹਾ ਸੀ, ਪਹਿਲਾਂ ਹੀ ਨਹੀਂ ਕਰ ਰਿਹਾ। ਅਗਰ ਇਸ ਗੋਦਾਮ ਦੀ ਗੱਲ ਕੀਤੀ, ਕਿੰਨੇ ਸਪੇਸ ਹੈਗੀ ਇਹਨਾਂ 'ਚ ਰੱਖਣ ਦੀ?
इस दौरान सदर थाना फरीदकोट के SHO संजीव कुमार ने दसिया कि फरीदकोट विच पिपली तो अराइया वाला रोड से गोदाम है जिस विच दो चौकीदार तैनात सन। रात के समय कुछ लोग गोदाम विच आए, चौकीदारां नूं बंधक बना के उत्थे पए 120 बोरियां दे करीब चावल लैके फरार हो गए। उन्हां दस्या कि पुलिस दे वल्लों इस मामले विच मुकदमा दर्ज कर लिया गया है अते तफ्तीश कीती जा रही है। ਇਹ ਆਪਣਾ ਜੀ ਪੀਪਲੀ ਤੋਂ ਰਾਈਆਂ ਵਾਲੇ ਰੋਡ 'ਤੇ ਗਡਾਊਨ ਦੇ ਵਿੱਚ ਦੋ ਚੌਂਕੀਦਾਰਾਂ ਨੂੰ ਬੰਨ ਕੇ 5-7 ਬੰਦੇ ਆਏ ਸੀ। ਉਹਨਾਂ ਨੂੰ ਬੰਨ ਕੇ ਉੱਥੋਂ 120 ਗੱਟੇ ਚਾਵਲ ਚੋਰੀ ਕੀਤੇ ਹੈ, ਜਿਸ ਦੇ ਸੰਬੰਧ 'ਚ ਮਾਮਲਾ ਦਰਜ ਕਰਕੇ ਤਫਤੀਸ਼ ਜਾਰੀ ਹੈ ਜੀ।